ਗੁਰੂ ਘਰ ਦਾ ਸੰਤ ਦਾ ਜ਼ਿਕਰ ਹੀ ਨਹੀਂ ਹੈ ਕਿਤੇ, ਭਾਈ ਦਾ ਜ਼ਿਕਰ ਹੈ। ਬੁੱਢੇ ਨੂੰ ਬਾਬੇ ਬੁੱਢੇ ਦਾ ਬਾਬੇ ਦਾ ਖਿਤਾਬ ਦਿੱਤਾ ਹੋਇਆ, ਬਾਕੀ ਦਾ ਭਾਈ ਰਮਨੀ ਸਿੰਘ ਭਾਈ ਹੈ, ਬੰਦ ਬੰਦ ਕਟਾਉਣ ਵਾਲੇ ਦਾ ਭਾਈ ਨੇ, ਤਾਰੂ ਸਿੰਘ ਭਾਈ ਹੈ, ਪੰਜੇ ਪਿਆਰੇ ਨੇ, ਚਲੋ ਤਾਂ ਪਿਆਰੇ ਨੇ, ਅਸੀਂ ਉਹ ਨਾਲ ਭਾਈ ਲਾਉਂਦੇ ਹਾਂ ਸਾਰਿਆਂ ਦੇ, ਸਾਰਿਆਂ ਦੇ ਨਾਲ ਭਾਈ ਹੈ। ਫਤਿਹ ਸੋਨਾ ਬਾਬਾ ਲਾਉਂਦੇ ਹਾਂ, ਦੋਏ ਲਫ਼ਜ਼ ਲੱਗਦੇ ਨੇ, ਹੋਰ ਤਾਂ ਲੱਗਦਾ ਹੀ ਨਹੀਂ ਕੋਈ, ਸੰਤ ਕਿੱਥੋਂ ਆ ਬਣੇ? ਉਹ ਸੰਤ ਦੇ ਸੱਲੇ ਗੜ ਬਾਣੀ ਨਹੀਂ, ਕੋਈ ਸੰਤ ਅੱਜ ਤੱਕ ਪਾਸ ਨਹੀਂ, ਸੰਤ ਅਧੂਰਾ ਹੁੰਦਾ ਹੈ, ਸੰਤ ਅੱਧੇ ਦਾ ਨਾਂ ਹੈ, ਕਿਉਂਕਿ ਪੂਰਨ ਸੋਈ ਸੰਤ ਤਾਂ ਕਿਹਾ, ਸੰਤ ਦਾ ਅੱਧਾ ਹੁੰਦਾ ਪੂਰਨ ਬਾਅਦ ਚ ਬਣਦਾ, ਇਹਨਾਂ ਨੂੰ ਇਹ ਵੀ ਨਹੀਂ ਪਤਾ ਪੂਰਨ ਕਦ ਬਣਦਾ ਕਿਵੇਂ ਬਣਦਾ, ਪੂਰਨ ਸੋਈ ਸੰਤ ਕਿਹਾ ਨਾ, ਫਿਰ ਸੰਤ ਤਾਂ ਹੁੰਦਾ ਹੀ ਹੁੰਦਾ। ਉਹ ਜਿਹੜਾ ਦਾਲ ਹੈ ਅੰਦਰਲਾ ਸੰਤ ਹੈ, ਬਾਹਰਲਾ ਅਸੰਤ ਹੈ, ਅੰਦਰਲਿਆਂ ਦਾ ਜਨਮ ਨਹੀਂ ਲਿਆ, ਜਨਮ ਦਾ ਬਾਹਰ ਨਹੀਂ ਲਿਆ, ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਗੱਲ ਕੀ ਹੈ, ਗੁਰਬਾਣੀ ਸਾਰੀ ਗੱਲ ਦੱਸੀ ਹੋਈ ਹੈ, ਇਹਨਾਂ ਨੂੰ ਨਾਲੇ ਕੀ ਲੱਗੇ ਗੁਰਬਾਣੀ ਤੇ ਕੀ ਲੈਣਾ। ਇਹਨਾਂ ਨੇ ਟੈਕਨੀਕ ਸਿੱਖੀ ਹੈ ਲੋਕਾਂ ਨੂੰ ਬੇਵਕੂਫ ਕਿਵੇਂ ਬਣਾਉਣਾ, ਪੈਸੇ ਕਿਵੇਂ ਉਹਨਾਂ ਦੀ ਜੇਬ ਚੋਂ ਕਢਾਉਣੇ, ਉਹ ਜੋ ਕਾਮਯਾਬ ਨੇ ਇਹੀ ਇਹਨਾਂ ਦੇ ਮਹਾਂਪੁਰਖ ਨੇ ਜਿਹੜੇ ਇਹਨਾਂ ਉਹਨਾਂ ਤੋਂ ਸਿੱਖ ਲੈਂਦੇ ਨੇ, ਇਹ ਕਹਿੰਦੇ ਨੇ ਸਾਡੇ 'ਤੇ ਕਿਰਪਾ ਹੋ ਗਈ, ਯਾਨੀ ਜੋ ਠੱਗੀ ਉਹਦੇ ਕੋਲ ਸੀ ਉਹ ਠੱਗੀ ਤੁਹਾਨੂੰ ਸਿਖਾ ਦਿੱਤੀ, ਇਹ ਕਿਰਪਾ ਹੈ, ਜੋ ਟੈਕਨੀਕ ਉਹਦੇ ਕੋਲ ਸੀ ਟੈਕਨੀਕ ਤੁਹਾਨੂੰ ਦਿੱਤੀ, ਇਹ ਕਿਰਪਾ ਹੋ ਗਈ, ਇਹੀ ਕਿਰਪਾ ਇਹਨਾਂ ਦੀ। ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਹੈ, ਪਰਮੇਸ਼ਰ ਨੇ ਨਹੀਂ ਕੀਤੀ, ਗੁਰੂ ਨੇ ਨਹੀਂ ਕੀਤੀ, ਸੰਤ ਨੇ ਕਿਰਪਾ ਕੀਤੀ ਇਹਨਾਂ 'ਤੇ, ਜੇ ਤਾਂ ਕਰਦਾ ਪਰਮੇਸ਼ਰ ਫਿਰ ਤਾਂ ਗੁਰਬਾਣੀ ਦੀ ਸਮਝ ਆਉਂਦੀ, ਕੀਤੀ ਤਾਂ ਇਹਦੇ ਗੁਰੂ ਸੰਤ ਨੇ ਕਿਰਪਾ, ਉਹਨੇ ਤਾਂ ਠੱਗੀ ਸਿਖਾਤੀ, ਠੱਗੀ ਠੱਗ ਸੀਗਾ, ਠੱਗੀ ਸਿਖਾਤੀ, ਇਹ ਤਾਂ ਆਪਣੇ ਬਿਆਨਾਂ 'ਚ ਫਸੇ, ਇਹਨਾਂ ਨੂੰ ਪਤਾ ਹੀ ਨਹੀਂ ਸੀ ਕੀ ਕਹਿ ਰਹੇ ਹਾਂ, ਆਪਣੇ ਜਾਣੇ ਤਾਂ ਗੁਰੂ ਦੀ ਵਡਿਆਈ ਕਰਦੇ ਨੇ, ਆਪਣੇ ਦੀ ਆਦਮੀ ਦੀ, ਬੜੇ ਬੜੇ ਛਾਤਰ ਆਦਮੀ ਵਕੀਲ ਗਾਹਾਂ ਫਸਾ ਲੈਂਦੇ ਹੁੰਦੇ ਨੇ, ਕਿੱਡਾ ਛਾਤਰ ਹੋ ਕੇ ਕਤਲ ਕਰ ਲਵੇ ਜਿਹੜੇ ਵਕੀਲ ਨੇ ਉਧਰੋਂ ਫਸਾ ਲੈਂਦੇ ਨੇ ਉਹਦੇ ਬਿਆਨਾਂ 'ਚ, ਇਹ ਤਾਂ ਆਪਣੇ ਬਿਆਨ, ਇੰਨੀ ਨਾਲੇ ਅਕਲ ਕਿੱਥੇ ਹੈ ਇਹਨਾਂ ਨੂੰ, ਇਹਨਾਂ ਨੂੰ ਤਾਂ ਅਕਲ ਹੈ ਜੀ, ਇਹ ਤਾਂ ਬਿਆਨ ਹੈ ਪੁੱਠੇ ਤੇ ਹੀ ਬੈਠੇ ਨੇ, ਜਗ੍ਹਾ 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 ਇਹਨਾਂ ਦੇ ਬਿਆਨ ਪੁੱਠੇ ਨੇ ਸਾਰੇ, ਪਰਮ ਕਹਿੰਦੇ ਨਾ ਪੂਰਨ ਮਰਨ ਨੀ ਲਾਈ ਬੈਠੇ ਨੇ, ਸੰਤ ਸਮਾਜ ਬਣਾਈ ਬੈਠੇ ਨੇ।